ਅੰਮ੍ਰਿਤਸਰ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਹੁਣ ਤਰਨ ਤਾਰਨ ਦੇ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਇਹ ਵਾਰਦਾਤ ਹੋਈ ਹੈ, ਜਿੱਥੋਂ ਕਿ 25,000 ਰੁਪਏ ਦੀ ਨਕਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ। ਲੁੱਟ ਦੀ ਇਹ ਵਾਰਦਾਤ ਸਾਰੀ CCTV ਕੈਮਰੇ ਵਿੱਚ ਵੀ ਕੈਦ ਹੋਈ ਹੈ। ਤਰਨ ਤਾਰਨ ਰੋਡ ਦੇ ਵਾਹਿਗੁਰੂ ਜਿਊਲਰ ਦੇ ਉੱਪਰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਸਾਰੇ ਮਾਮਲੇ ਸੰਬੰਧੀ ਦੁਕਾਨਦਾਰ ਹੀਰਾ ਸਿੰਘ ਨੇ ਹੋਰ ਜਾਣਕਾਰੀ ਦਿੱਤੀ। ਉੱਧਰ ਪੁਲਿਸ ਨੇ ਰਟਿਆ ਰਟਾਇਆ ਬਿਆਨ ਕਿਹਾ ਹੈ ਕਿ ਜਾਂਚ ਆਰੰਭ ਦਿੱਤੀ ਗਈ ਹੈ। ਮੇਰਾ ਨਾਮ ਵੀਰ ਜੀ ਹਰੀ ਸਿੰਘ ਹੈ। ਮੇਰੀ ਭਾਅ ਜੀ ਤਰਨ ਤਾਰਨ ਰੋਡ ਈਸ਼ਵਰ ਨਗਰ ਕੋਟ ਮੰਗਲ ਸਿੰਘ ਸ਼ੋਪ ਆ, ਅਤੇ 2:00 ਕੁਛ ਮਿੰਟ 'ਤੇ ਬੰਦੇ ਆਏ, ਤਿੰਨਾਂ ਨੇ ਰਿਵੋਲਵਰਾਂ ਫੜੀਆਂ ਸੀਗੀਆਂ, ਅਤੇ ਮੈਨੂੰ ਕਹਿੰਦੇ ਜੋ ਕੁਛ ਹੈਗਾ ਕੱਢ ਦੇ ਅੰਦਰੋਂ। ਮੇਰੇ ਉੱਤੇ ਤਣਤੀਆਂ ਉਹਨਾਂ ਨੇ ਰਿਵੋਲਵਰਾਂ, ਅਤੇ ਮੇਰੇ ਹੱਥੀਂ ਵੀ ਪਏ ਆ, ਪਰ ਉਹਨਾਂ ਨੇ ਸਾਰਾ ਕੁਛ ਲੁੱਟ ਕੇ ਲੈ ਗਏ, ਸਾਰਾ ਸਮਾਨ ਲੈ ਗਏ ਮੇਰੀ ਦੁਕਾਨ 'ਤੇ। ਮੇਰਾ ਭਾਅ ਜੀ ਕੁਛ ਕੈਸ਼ ਸੀਗਾ ਇੱਥੇ, 25,000-30,000 ਕੈਸ਼ ਸੀ, ਕੈਸ਼ ਵੀ ਲੈ ਗਏ, ਚਾਂਦੀ ਦਾ ਸਮਾਨ ਲੈ ਗਏ ਆ, ਬਾਕੀ ਸੋਨੇ ਦਾ ਕਿ ਉਹਨਾਂ ਕੋਲ ਪੇਟੀ ਨਹੀਂ ਖੁੱਲੀ, ਬਚਾਅ ਹੋ ਗਿਆ ਮੇਰਾ ਸੋਨੇ ਦਾ। ਮੋਟਰਸਾਈਕਲ 'ਤੇ ਆਏ ਸੀਗੇ ਭਾਅ ਜੀ। ਪਿਸਤੌਲਾਂ ਭਾਅ ਜੀ ਉਹ ਜਿਹੜੇ 2 ਪਿਸਤੌਲਾਂ ਦੇ ਕੱਟੇ ਸੀਗੇ, ਇੱਕ ਦੂਸਰੀ ਵੱਡੀ ਰਿਵੋਲਵਰ ਸੀਗੀ ਉਹਨਾਂ ਦੇ ਕੋਲ। ਹਾਂਜੀ ਭਾਅ ਜੀ ਆ ਗਏ ਨੇ। ਮੈਂ ਕਹਿੰਦਾ ਇਨਸਾਫ਼ ਹੋਣਾ ਚਾਹੀਦਾ ਭਾਅ ਜੀ, ਬੰਦੇ ਫੜਨੇ ਚਾਹੀਦੇ ਆ ਜਿਹੜੇ, ਅਤੇ ਕਿਸੇ ਹੋਰ ਨਾਲ ਵਾਰਦਾਤ ਨਾ ਹੋਵੇ। ਬਾਹਰ ਵੀ ਇਹਨਾਂ ਨੇ ਗੋਲੀਆਂ ਚਲਾਈਆਂ ਆਪਣੀਆਂ? ਭਾਅ ਜੀ ਬਾਹਰੋਂ ਮੈਂ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਆ, ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਮੇਰੇ 'ਤੇ ਰਿਵੋਲ ਟੰਗੀ ਸੀਗੀ, ਮਕੀ ਲਾਈ ਸੀਗੀ, ਅਤੇ ਪਰ ਬਚਾਅ ਹੋ ਗਿਆ। ਗੋਲੀ ਵੀ ਕਹਿੰਦੇ ਸੀ ਜਲਦੀ? ਹਾਂ, ਮੇਰੇ 'ਤੇ ਕੀਤਾ ਸੀ ਫਾਇਰ, ਪਰ ਉਹ ਮਿਸ ਹੋ ਗਈ ਗੋਲੀ ਉਹਨਾਂ ਦੀ। ਭਾਅ ਜੀ ਤਰਨ ਤਾਰਨ ਰੋਡ 'ਤੇ ਖੋ ਹੋਈ ਹੈ, ਕੀ ਕਰਨ? ਹਾਂ ਜੀ, ਇਹ ਵਾਹਿਗੁਰੂ ਜਿਊਲਰਸ ਦੀ ਦੁਕਾਨ ਹੈ ਜੀ, ਈਸ਼ਵਰ ਨਗਰ ਤਰਨ ਤਾਰਨ ਰੋਡ 'ਤੇ ਜੀ। ਇਹ ਤਕਰੀਬਨ 2:30 ਤਿੰਨ ਨੌਜਵਾਨ ਇੱਥੇ ਦੁਕਾਨ ਦੇ ਅੰਦਰ ਐਂਟਰ ਹੋਏ ਆ, ਅਤੇ ਜਿਨ੍ਹਾਂ ਨੇ ਇਹਨਾਂ ਨੂੰ ਪਿਸਤੌਲ ਵਿਖਾ ਕੇ ਅਤੇ ਡਰਾਤ ਵਿਖਾ ਕੇ ਅਤੇ ਕੁੱਲ 20-25,000 ਰੁਪਇਆ ਕੈਸ਼ ਅਤੇ ਹੋਰ ਚਾਂਦੀ ਦੇ ਛੋਟੇ ਮੋਟੇ ਗਹਿਣੇ ਉਹ ਜਿਹੜੇ ਉਹ ਖੋ ਕਰਕੇ ਅਤੇ ਲੈ ਗਏ ਆ ਜੀ। ਇਸ ਸੰਬੰਧੀ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ, ਉਹ ਵੀ ਕਾਰਵਾਈ ਇਹਦੇ ਵਿੱਚ ਅੱਗੇ ਬੰਦੀ ਕੀਤੀ ਜਾ ਰਹੀ ਹੈ। ਬਾਕੀ ਅਸੀਂ ਸਾਡੇ ਵੱਲੋਂ ਸਪੈਸ਼ਲ ਟੀਮਾਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ, ਜੋ CCTV ਕੈਮਰੇ ਅਤੇ ਹੋਰ ਟੈਕਨੀਕਲ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ, ਅਤੇ ਸਾਨੂੰ ਉਮੀਦ ਹੈ ਵੀ ਆਪਾਂ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਕੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।